ਅੱਗ ਬੁੱਝ ਗਈ ਫੂਕ ਤੇ ਮਾਰ ਲਓ ਲੱਸੀ ਲੱਸੀ ਵੱਤੀ ਫਰੈਸ਼ ਆ ਇਹਦੇ ਨਾਲ ਖਾਵਾਂਗੇ ਆਪਾਂ ਰੋਟੀ ਇੱਧਰ ਮੇਰੀ ਚਾਹ ਵੀ ਫ੍ਰਿਜ ਚ ਆ ਨਾ ਇਦਾਂ ਕਰਨਾ ਫਲਾਵਰ ਬਣਾਉਂਦੇ ਹੁੰਦੇ ਸੀ ਇਹਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਅਤੇ ਅੱਜ ਦੇ ਬਲੌਗ ਦੇ ਵਿੱਚ ਮੈਂ ਜਾ ਰਿਹਾ ਜੀ ਆਪਣੇ ਖੇਤ ਨੂੰ ਪਾਣੀ ਲਾਉਣ ਆਪਾਂ ਪਾਣੀ ਛੱਡਿਆ ਹੋਇਆ ਕਣਕ ਨੂੰ ਉੱਪਰ ਅਤੇ ਪਾਣੀ ਜਿਹੜਾ ਨਹਿਰ ਦਾ ਹੈ ਕਿਉਂਕਿ ਨਹਿਰ ਪਹਿਲਾਂ ਬੰਦ ਸੀ ਅੱਜ ਖੁੱਲ੍ਹ ਗਈ ਹੈ ਨਹਿਰ ਅਤੇ ਸਵੇਰੇ ਪਾਣੀ ਲੈ ਕੇ ਆਏ ਸੀਗੇ ਦੋ ਖੇਤਾਂ ਨੂੰ ਲਾਉਣਾ ਇੱਕ ਨੂੰ ਲਗਾ ਲਿਆ ਆ ਅਤੇ ਦੂਸਰੇ ਨੂੰ ਛੱਡਿਆ ਹੋਇਆ ਆ ਹੁਣ ਮੈਂ ਘਰ ਆਇਆ ਸੀ ਕਿਉਂਕਿ ਮੈਂ ਡੰਗਰਾਂ ਨੂੰ ਪਾਣੀ ਲਾਉਣਾ ਸੀ ਉਹ ਮੈਂ ਡਾਹਤਾ ਆ ਅਤੇ ਹੁਣ ਮੈਂ ਫਿਰ ਵਾਪਸ ਜਾ ਰਿਹਾ ਹਾਂ ਰੋਟੀ ਰਾਟੀ ਆ ਕੇ ਖਾਵਾਂਗੇ ਹੁਣ ਚੱਲਦੇ ਹਾਂ ਖੇਤ ਵੱਲ ਨੂੰ ਪਹਿਲਾਂ ਆਪਣਾ ਹਥਿਆਰ ਚੱਕ ਲਈਏ ਠੀਕ ਹੈ ਜੀ ਤੁਹਾਨੂੰ ਦਿਖਾਲਦੇ ਹਾਂ ਜਾ ਕੇ ਖੇਤ ਦਾ ਵੀ ਮਾਹੌਲ ਬਣੇ ਰਹੋ ਬਲੌਗ ਦੇ ਨਾਲ ਸਵੇਰ ਦੇ 9:15 ਤਾਂ ਹੋ ਗਏ ਆ ਅਤੇ ਮੈਂ ਜਾ ਰਿਹਾ ਹੁਣ ਖੇਤ ਵੱਲ ਨੂੰ ਪੈਦਲ ਚੱਲ ਪਿਆ ਮੈਂ ਪਹਿਲਾਂ ਮੈਂ ਸਕੂਟਰੀ 'ਤੇ ਗਿਆ ਸੀ ਕਿਉਂਕਿ ਸਕੂਟਰੀ ਦੀ ਘਰ ਲੋੜ ਪੈ ਜਾਂਦੀ ਆ ਇਸ ਕਰਕੇ ਮੈਂ ਪੈਦਲ ਜਾ ਰਿਹਾ ਅਤੇ ਵੈਸੇ ਤਾਂ ਜਿਹੜਾ ਮੌਸਮ ਸੀਗਾ ਬੱਦਲ ਵਾਲਾ ਹੋਇਆ ਸੀਗਾ ਬਾਰਿਸ਼ ਦੀ ਸੰਭਾਵਨਾ ਤਾਂ ਸੀਗੀ ਬਟ ਬਾਰਿਸ਼ ਤਾਂ ਕੋਈ ਪੱਕਾ ਨਹੀਂ ਪਤਾ ਕਿ ਆਉਣੀ ਕਿ ਨਹੀਂ ਆਉਣੀ ਇਸ ਕਰਕੇ ਮੈਂ ਸੋਚਿਆ ਕਿ ਚਲੋ ਪਾਣੀ ਛੱਡ ਹੀ ਲੈਂਦੇ ਹਾਂ ਬਾਰੀ ਵੀ ਸੀਗੀ ਆਪਣੀ ਨਹਿਰ ਦੀ ਅਤੇ ਨਹਿਰ 'ਚ ਪਾਣੀ ਵੀ ਆ ਗਿਆ ਹੋਇਆ ਇਸ ਕਰਕੇ ਫਿਰ ਮੈਂ ਜਾ ਰਿਹਾ ਖੇਤ ਵੱਲ ਨੂੰ ਅਤੇ ਦੋ ਰਸਤੇ ਹੈਗੇ ਆ ਇੱਥੋਂ ਇੱਕ ਤਾਂ ਆਹ ਰਸਤਾ ਘੁੰਮ ਕੇ ਜਾਣਾ ਪੈਂਦਾ ਆਪਾਂ ਸ਼ੋਰਟਕੱਟ ਪੈ ਜਾਣਾ ਬੰਨੇ ਦੇ ਉੱਪਰੋਂ ਦੀ ਬੰਨਿਆਂ ਦਾ ਤੁਰੰਤ ਦਾ ਨਜ਼ਾਰਾ ਵੀ ਵੱਖਰਾ ਹੀ ਆ ਪਿੰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਣਕ ਨੂੰ ਪਾਣੀ ਜਿਹੜਾ ਨਹਿਰ ਦੀ ਵਾਰੀ ਸੀਗੀ ਸਾਡੀ ਅਤੇ ਉਹ ਛੱਡਿਆ ਹੋਇਆ ਸੀ ਸਵੇਰ ਦਾ ਇੱਕ ਖੇਤ ਭਰ ਗਿਆ ਆ ਅਤੇ ਦੂਸਰੇ ਨੂੰ ਹੁਣ ਛੱਡਿਆ ਹੋਇਆ ਅਤੇ ਵੈਸੇ ਤਾਂ ਬੱਦਲਵਾਈ ਹੋ ਰਹੀ ਸੀ ਕੱਲ੍ਹ ਦੀ ਅਤੇ ਨੈੱਟ 'ਤੇ ਤਾਂ ਕੋਈ ਮੀਂਹ ਦਾ ਆਸਾਰ ਨਹੀਂ ਆ ਇਸ ਕਰਕੇ ਆਪਾਂ ਸੋਚਿਆ ਕਿ ਪਾਣੀ ਲਗਾ ਹੀ ਲੈਣਾ ਨਹਿਰ ਦਾ ਕਿਉਂਕਿ ਨਹਿਰ 'ਚ ਪਾਣੀ ਆ ਗਿਆ ਹੋਇਆ ਕੱਲ੍ਹ ਦਾ ਅਤੇ ਉਹ ਆਪਾਂ ਛੱਡਿਆ ਹੋਇਆ ਖਾਲੇ ਤੋਂ ਅਤੇ ਹੁਣ ਜਾ ਰਿਹਾ ਮੈਂ ਖੇਤ ਵੱਲ ਨੂੰ ਮੈਂ ਵੱਟੋ ਵੱਟੀ ਹੋ ਗਿਆ ਬਾਰੋ ਬਾਰੀ ਨਹੀਂ ਗਿਆ ਕਿਉਂਕਿ ਬਾਰੋ ਬਾਰੀ ਘੁੰਮ ਕੇ ਜਾਣਾ ਪੈਂਦਾ ਦੂਰੋਂ ਅਤੇ ਆਹ ਸਾਡਾ ਖੇਤ ਆ ਗਿਆ ਤੁਸੀਂ ਦੇਖ ਸਕਦੇ ਆ ਇੱਕ ਭਰ ਗਿਆ ਆ ਦੇਖੋ ਇਹ ਭਰ ਗਿਆ ਇੱਥੇ ਟੁੱਟ ਗਿਆ ਸੀ ਨੱਕਾ ਸਵੇਰੇ ਮੋਰ ਪੈ ਗਿਆ ਸੀ ਇੱਥੋਂ ਬੰਨਿਆ ਫਿਰ ਮੈਂ ਅਤੇ ਹੁਣ ਉਹ ਉੱਪਰ ਵਾਲੇ ਖੇਤ ਨੂੰ ਛੱਡਿਆ ਹੋਇਆ ਅੰਦਰ ਚੱਲਦੇ ਆ ਦੇਖਦੇ ਹਾਂ ਕਿੰਨਾ ਕੁ ਹੋ ਗਿਆ ਜਿਹੜੇ ਨੋਰ ਪੈ ਜਾਂਦੇ ਨੇ ਉਹ ਕੰਮ ਖਰਾਬ ਕਰਦੇ ਆ ਸਵੇਰੇ ਸਵੇਰੇ ਇਹਨਾਂ ਬੜਾ ਦੁੱਖ ਕੀਤਾ ਸੀ ਅੱਜ ਤੜਕੇ ਕਿਉਂਕਿ ਲਾਈਟ ਵੀ ਤੁਹਾਨੂੰ ਪਤਾ ਸਵੇਰੇ ਘੱਟ ਹੁੰਦੀ ਆ ਪਤਾ ਨਹੀਂ ਲੱਗਦਾ ਪਿਆ ਸੀ ਅਤੇ ਕਿੱਥੇ ਪੈ ਗਿਆ ਹੁਣ ਇਹਨੂੰ ਪੂਰੇ ਆਇਆ ਹੁਣ ਚੱਲਦੇ ਹਾਂ ਉੱਪਰ ਦੇਖਦੇ ਹਾਂ ਉੱਧਰ ਕੀ ਮਾਹੌਲ ਹੈ ਇਹ ਤਾਂ ਵੈਸੇ ਖੇਤ ਭਰ ਗਿਆ ਆ ਇੱਥੋਂ ਨੱਕਾ ਪੂਰਾ ਮੋੜਨਾ ਹੁਣ ਪਹਿਲਾਂ ਮੈਂ ਅੱਧਾ ਮੋੜ ਕੇ ਗਿਆ ਸੀ ਕਿਉਂਕਿ ਪਹਿਲਾਂ ਪਾਣੀ ਜਾ ਰਿਹਾ ਸੀ ਉਹ ਉੱਪਰਲੇ ਕਿਆਰੇ ਨੂੰ ਉਹ ਭਰ ਗਿਆ ਆ ਅਤੇ ਮੈਂ ਥੋੜ੍ਹਾ ਜਿਹਾ ਕੱਟ ਗਿਆ ਸੀ ਕਿਉਂਕਿ ਥੋੜ੍ਹਾ ਜਿਹਾ ਰਹਿੰਦਾ ਸੀ ਉੱਧਰ ਉਹ ਹੋ ਗਿਆ ਆ ਅਤੇ ਹੁਣ ਮੈਂ ਇੱਥੋਂ ਨੱਕਾ ਮੋੜਦਾ ਕਈ ਨਾ ਪਹਿਲਾਂ ਤਾਂ ਆਪਣੀ ਚੱਪਲ ਲਾ ਕੇ ਰੱਖ ਲਈ ਸਾਈਡ 'ਤੇ ਕਿ ਹੁਣ ਇਹਦਾ ਕੋਈ ਕੰਮ ਨਹੀਂ ਓਹੋ ਪੁੱਠੀ ਹੋ ਗਈ ਤੂੰ ਸਿੱਧੀ ਹੋ ਜਾ ਹੁਣ ਆਪਾਂ ਮੋੜਦੇ ਹਾਂ ਉੱਥੋਂ ਨੱਕਾ ਇੱਥੋਂ ਜਿਹੜਾ ਨਾ ਆ ਪੂਰਾ ਇੱਥੋਂ ਬੰਨਣਾ ਅਤੇ ਸਾਰਾ ਇੱਥੋਂ ਡੱਕ ਦੇਣਾ ਅਤੇ ਪੂਰਾ ਉਸ ਕੈਰੇਜ ਕਰ ਦੇਣਾ ਪਾਣੀ ਚਲੋ ਹੁਣ ਕਰਦੇ ਹਾਂ ਮੈਂ ਸਾਰਾ ਮੋੜ ਦਿੱਤਾ ਇੱਧਰ ਨੂੰ ਹੁਣ ਦੇਖਦਾ ਕਿੰਨਾ ਟਾਈਮ ਲੱਗਦਾ ਪਾਣੀ ਆ ਰਿਹਾ ਜੀ ਇੱਧਰੋਂ ਅਸੀਂ ਦੇਖ ਸਕਦੇ ਹਾਂ ਇਹ ਸਾਨੂੰ ਆਉਂਦਾ ਹੈ ਨਹਿਰ ਵਿਭਾਗ ਦਾ ਪਾਣੀ ਸਾਡੇ ਏਰੀਏ 'ਚ ਕਿਉਂਕਿ ਸਾਡਾ ਏਰੀਆ ਕੰਢੀ ਏਰੀਆ ਅਤੇ ਨਹਿਰ ਲੱਗਦੀ ਹੈ ਇੱਥੇ ਆ ਕਣਕ ਨਾ ਆਪਾਂ ਨੇ ਇੱਥੇ ਗੰਨਾ ਲਗਾਇਆ ਸੀ ਪਹਿਲਾਂ ਅਤੇ ਗੰਨਾ ਮਿਲ 'ਚ ਸੁੱਟ ਕੇ ਉਹ ਪੁੱਟਿਆ ਆ ਕਿਉਂਕਿ ਮੋਢਾ ਸੀਗਾ ਉਹ ਸਾਰਾ ਆਪਾਂ ਨੇ ਪੁੱਟ ਦਿੱਤਾ ਅਤੇ ਇੱਥੇ ਹੁਣ ਕਣਕ ਲਗਾਈ ਆ ਪਛੇਤੀ ਅਤੇ ਕਾਫੀ ਪਛੇਤੀ ਹੋ ਗਈ ਆ ਨਾਲ ਦੀਆਂ ਕਣਕਾਂ ਤਾਂ ਕਾਫੀ ਵੱਡੀਆਂ ਹੋ ਗਈਆਂ ਬਟ ਇਹੋ ਜਿਹੀ ਛੋਟੀ ਆ ਪਤਾ ਨਹੀਂ ਰਲਦੀ ਕਿ ਨਹੀਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਪਾਣੀ ਪੂਣੀ ਲਗਾ ਕੇ ਅਤੇ ਢੇਰ ਢੂਰ ਮਾਰੀਏ ਇਹਨੂੰ ਯੂਰੀਆ ਵਗੈਰਾ ਅਤੇ ਦੇਖਦੇ ਹਾਂ ਪੈਸੇ ਤਾਂ ਰਲ ਜਾਣੀ ਅਜੇ ਤਾਂ ਕਿਉਂਕਿ ਫੈਬ ਦਾ ਅੱਜ ਕਿੰਨੀ 20 ਫਰਵਰੀ ਹੋ ਗਈ ਅੱਜ ਮੈਂ ਦੇਖ ਲੈਣਾ ਕਿੰਨੀ ਹਾਂ ਨਹੀਂ ਅੱਜ 21 ਫਰਵਰੀ ਹੋ ਗਈ ਆ ਕਿਉਂਕਿ ਅੱਜ 21 ਫਰਵਰੀ ਹੋਈ ਆ ਅਤੇ ਅਜੇ ਹੈਗਾ ਟਾਈਮ ਉਮੀਦ ਹੈ ਕਿ ਰਲ ਜਾਏਗੀ ਨਾਲ ਦੇਖਦੇ ਹਾਂ ਬਾਕੀ ਆਪਣੇ ਵੱਲ ਤਾਂ ਮਿਹਨਤ ਪੂਰੀ ਆ ਇਹ ਆ ਗਏ ਬਗਲੇ ਭਗਤ ਵੀ ਡੱਡੂ ਖਾਨ ਉਹ ਹੈਗਾ ਸਾਡਾ ਪਿੰਡ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਇੱਕ ਤਾਂ ਟਟੀਰੀਆਂ ਜਿਹੀਆਂ ਆਵਾਜ਼ਾਂ ਕੱਢ ਰਹੀਆਂ ਰੰਗ ਬਿਰੰਗੀਆਂ ਤੁਸੀਂ ਵੀ ਸੁਣ ਸਕਦੇ ਹੋਵੋਗੇ ਪਾਣੀ ਲੱਗਾ ਨਾ ਇਹਨਾਂ ਦਾ ਸ਼ਾਇਦ ਕੋਈ ਵਿੱਚ ਮਿਲਣਾ ਦਾ ਘੌਂਸਲਾ ਵਗੈਰਾ ਹੋਣਾ ਆ ਤਾਂ ਕਰਕੇ ਇਹ ਚਲਾ ਰਹੀਆਂ ਆਹ ਬਾਈ ਕਿਹੜੇ ਪੰਛੀ ਆ ਕੋਈ ਦੱਸ ਸਕਦਾ ਹਾਂ ਕਿਹੜੇ ਆ ਯਾਰ ਡੈਡੀ ਜੀ ਆ ਗਿਆ ਹੁਣ ਮੋਇਨਾ ਕਰਨ ਹੁਣ ਡੈਡੀ ਜੀ ਹੁਣ ਆ ਗਏ ਸੀ ਖੇਤ ਅਤੇ ਮੈਨੂੰ ਕਹਿੰਦੇ ਤੂੰ ਜਾਇਆ ਘਰ ਰੋਟੀ ਖਾਇਆ ਫਿਰ ਆ ਜਾਈ ਹੁਣ ਮੈਂ ਚੱਲਾ ਘਰ ਰੋਟੀ ਖਾਣ 'ਤੇ ਮੁੜ ਕੇ ਫਿਰ ਵਾਪਸ ਆਉਣਾ ਤਦ ਤੱਕ ਡੈਡੀ ਹੁਣ ਦੇਖਦੇ ਪਏ ਆ ਬਚਪਨ 'ਚ ਨਾ ਸਿੱਧਾ ਬਹੁਤ ਕਰਦੇ ਹੁੰਦੇ ਸੀ ਅੱਜ ਵੀ ਤਾਂ ਝਾੜ ਹੈ ਨਾ ਅੱਜ ਵੀ ਦਾ ਝਾੜ ਹੈ ਨਾ ਇੱਦਾਂ ਕਰਨਾ ਫਲਾਵਰ ਬਣਾਉਂਦੇ ਹੁੰਦੇ ਸੀ ਇਹਦਾ ਮੈਂ ਹੁਣ ਜਾ ਰਿਹਾ ਘਰ ਵਾਪਸ ਹੈਗੀ ਗਲੀ ਸਾਡੀ ਮੈਂ ਜਾਵਾਂਗਾ ਘਰ ਵਾਪਸ ਕੁਛ ਨਹੀਂ ਪਾਣੀ ਛੱਡਿਆ ਸੀ ਜੋਤੀ ਜੋਤੀ ਸਾਡੀ ਹਾਂਜੀ ਇੱਥੇ ਹੀ ਆ ਆਪਣੇ ਘਰ ਪੈਰ ਬਹੁਤ ਗੰਦੀ ਆ ਆਪਾਂ ਚੁੱਕ ਕੇ ਲੈ ਕੇ ਦਿੰਦੇ ਹਾਂ ਉੱਪਰ ਜਾ ਕੇ ਤੁਹਾਨੂੰ ਮੈਂ ਆ ਗਿਆ ਹੁਣ ਘਰ
ਤੇਰੀਆਂ ਸਿਮਰਨ ਕੀ ਕਰਦੀ ਆ ਓਏ ਗਰਾਜ ਕੀ ਕਰਦੀ ਕਾਤੋ ਨਈਆਂ ਨਈਆਂ ਕਰਦਾ ਸੀ ਪੁੱਤੂ ਕੀ ਹੋਇਆ ਸੀ ਹਾਂ ਇਹ ਕਤਰ ਹੁੰਦੀ ਆ ਰੋ ਰਹੀ ਸੀ ਰੋਈ ਜਾਂਦੀ ਉਸਲੇ ਦੀ ਤਿਆਰ ਕਿਉਂ ਹੋ ਰਹੀ ਹੈ ਅੱਛਾ ਅੱਛਾ ਕਹਿੰਦੀ ਤੂੰ ਤਿਆਰ ਕਿਉਂ ਹੋ ਰਹੀ ਹੈ ਮੈਂ ਰੋ ਰਹੀ ਹਾਂ ਓਏ ਪੁੱਤੂ ਕੀ ਹੋਇਆ ਸੀ ਕਾਕੇ ਨੂੰ ਮਾਮੂ ਤਾਂ ਨਾ ਸੀ ਮੈਂ ਚੁੱਕ ਲਵਾਂ ਪੀਨੇ ਨਾ ਚੱਲ ਮੈਂ ਕੋਕ ਦਾ ਪੁੱਤੂ ਚੁੱਕ ਲਵਾਂ ਫਿਰ ਮੈਂ ਕੋਕ ਦਾ ਤੁਹਾਡੇ ਕੋਲ ਆਣ ਫਿਰਦੀ ਆ ਚੁੱਕ ਲੈਣਾ ਆਪਣੇ ਪੁੱਤ ਨੂੰ ਕਾਹ ਪਨੀਰ ਬਣਾਇਆ ਸੀਗਾ ਇਹਨੂੰ ਗਰਮ ਕਰਕੇ ਇਹਦੇ ਨਾਲ ਖਾਵਾਂਗੇ ਰੋਟੀ ਤੇ ਨਾਲ ਲਵਾਂਗੇ ਚਾਟੀ ਵਾਲੀ ਲੱਸੀ ਲੱਸੀ ਵੈਤੀ ਫਰੈਸ਼ ਆ ਇਹਦੇ ਨਾਲ ਖਾਵਾਂਗੇ ਆਪਾਂ ਰੋਟੀ ਰੋਟੀ ਹੋ ਗਈ ਰੈਡੀ ਨਾਲ ਮਸਾਲੇ ਵਾਲੀ ਲੱਸੀ ਰੋਟੀ ਤੇ ਪਨੀਰ ਦੀ ਸਬਜ਼ੀ ਅੱਗ ਬੁਝ ਗਈ ਫੂਕ ਮਾਰ ਦੋ ਹਾਂਜੀ ਥੱਲੇ ਨਾ ਖਿੱਚੋ ਥੱਲੇ ਨੂੰ ਮਾੜੀ ਜੀ ਥੱਲੇ ਥੱਲੇ ਤਰ ਖਿੱਚੋ ਚਮਟੇ ਨਾ ਥੱਲੇ ਗਿਆਰੀਆਂ ਪੋਲੀਆਂ ਕਰੋ ਥੱਲੇ ਫੂਕ ਮਾਰ ਦੋ ਫਿਰ ਤੂੰ ਇਹਦੇ ਬਾਹਰ ਨੇ ਬਿੱਲੋ ਰੋ ਨਹੀਂ ਗਏ ਜੱਟ ਨਾਲ ਬਾ ਬਹਿ ਗਿਆ ਆਪਾਂ ਉਹਦਾ ਨਿਆਣੇ ਨੇ ਵੀ ਭੱਜਣਾ ਆ ਜ਼ੋਰ ਦੀ ਹੋਰ ਜ਼ੋਰ ਦੀ ਲੈ ਬਾਲਤੀ ਬਾਲਤੀ ਹੋ ਬਾਲਤੀ 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 ਉਹਨੂੰ ਨਾ ਥੋੜ੍ਹਾ ਜਿਹਾ ਵਿੱਚ ਹਵਾ ਵਾਸਤੇ ਜਗ੍ਹਾ ਤਾਂ ਰੱਖੋ ਲੱਕੜਾਂ ਦੇ ਸਰ ਗਿਆ ਸਿਮਰਨ ਥੋੜ੍ਹੀ ਲੱਕੜਾਂ ਪੋਲੀਆਂ ਕਰੋ ਨਾ ਵਿੱਚ ਹਵਾ ਤਾਂ ਬੜੇ ਸਰਿਆ ਪਿਆ ਵਲ ਗਈ ਰਹਿਣ ਵਲ ਗਈ ਇਹ ਗੁੜੀਆ ਛੱਡੀ ਬਹੁਤ ਖਾਬ ਹੈ ਸੌਂਦੀ ਨਹੀਂ ਇਹਨੂੰ ਝੂਲੇ 'ਚ ਪਾਉਣਾ ਪੈਂਦਾ ਆ ਇਹ ਗੁੜੀਆ ਛੱਡੀ ਨਾ ਸੌਂਦੀ ਨਹੀਂ ਇੱਦਾਂ ਇਹਨੂੰ ਵੀ ਝੂਟੇ ਦੇਣੇ ਪੈਂਦੇ ਆ ਤਾਂ ਟਰਾਲੀ 'ਚ ਪਾ ਕੇ ਤਾਂ ਫਿਰ ਸੌਂਦੀ ਆ ਹੁਣੇ ਮੈਂ ਟਰਾਲੀ 'ਚ ਪਾਇਆ ਆ ਹੁਣ 10 ਕੇ ਝੂਟੇ ਦੇਣੇ ਇਹਨੇ ਸੌ ਜਾਣਾ ਆਉਣ ਲੱਗ ਪਈਆਂ ਬਾਸੀਆਂ ਓਏ ਪੁੱਤੂ ਕਰਨਾ ਚੋ ਇਹ ਕਰਨਾ ਚੋ ਨੀਨੀਆਂ ਵੀ ਆਉਣ ਲੱਗ ਪਈਆਂ ਇੰਨੀ ਛੇਤੀ ਫਾਈਨਲੀ ਸਾਡੀ ਗੁੜੀਆ ਰਾਣੀ ਸੌ ਗਈ ਆ ਨਹੀਂ ਜਲਦੀ ਵੀ ਆ ਜਲਦੀ ਮਿੱਤਰ ਹੈਗਾ ਚੂਚੂ ਕਿਰਤ ਚੂਚੂ 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 ਤੂੰ ਕੀ ਕਰਦਾ ਸੀ ਪੁੱਛੀ ਕਿਆ ਕੀ ਕਰਦਾ ਸੀ ਗੱਛ ਰੇ ਕੀ ਕਰਦਾ ਸੀ ਕਿਆ ਸ਼ਰਾਰਤ ਤੇ ਕਰਦੀ ਸੀ ਮੈਂ ਸ਼ਰਾਰਤ ਤਾਂ ਨਹੀਂ ਨਹੀਂ ਕਰਦੀ ਆਹੋ ਸੌ ਗਿਆ ਰੋਈ ਰੋਈ ਕਰਦੀ ਸੌ ਗਿਆ ਵੀ ਉੱਠ ਗਿਆ ਹੁਣ ਰੋਣ ਵਾਲਾ ਆਹਾ ਕੋਟ ਦੱਸ ਆਹਾ ਨਹੀਂ ਨਹੀਂ ਕਰਦੀ ਆ ਨਹੀਂ ਨਹੀਂ ਪੁੱਤ ਬੇਬੀ ਨੂੰ ਅਸੀਂ ਇੱਥੇ ਪਾ ਦਿੱਤਾ ਆ ਨਾਲ ਨਾਲ ਇਹਨੂੰ ਖੜਾਈ ਜਾਵਾਂਗੇ ਤੇ ਨਾਲ ਨਾਲ ਚਾਹ ਬਣਾਈ ਜਾਵਾਂਗੇ ਹੁਣ ਮੈਂ ਲੱਗੀ ਆ ਚਾਹ ਬਣਾਉਣ ਕਿਉਂਕਿ ਮਨਦੀਪ ਜੀ ਨੇ ਖੇਤ ਨੂੰ ਜਾਣਾ ਆ ਗੁੜ ਵਾਲੀ ਚਾਹ ਬਣਾਉਣ ਲੱਗੀ ਆ ਥੋੜਾ ਗੁੜ ਪਾ ਕੇ ਟੇਸਟੀ ਜਿਹੀ ਤੇ ਇਹਨਾਂ ਨੇ ਖੇਤ ਖਾਣੀ ਆ ਚਾਹ ਤੇ ਨਾਲ ਨਾਲ ਬੱਚਿਆਂ ਨੂੰ ਸੰਭਾਲਾਂਗੇ ਨਾਲ ਨਾਲ ਚਾਹ ਬਣਾਵਾਂਗੇ ਤੋ ਹੁਣ ਬਣਦੀ ਆ ਸਾਡੀ ਚਾਹ ਜਦ ਤੱਕ ਰੈਡੀ ਹੁੰਦੀ ਆ ਤਦ ਤੱਕ ਅਸੀਂ ਬੱਚਿਆਂ ਨੂੰ ਦੇਖ ਲੈਂਦੇ ਹਾਂ ਆ ਬੱਚਿਆਂ ਨੂੰ ਖਿਡਾਉਣ ਲਈ ਬੈਲੂਨ ਲਾਏ ਹੋਏ ਆ ਅਸੀਂ ਦੋਨੇ ਕਾਕਿਆਂ ਨੂੰ ਟਰਾਲੀ ਦੇ ਵਿੱਚ ਪਾਤਾ ਆ ਹੁਣ ਇਹਨਾਂ ਨੂੰ ਝੂਟੇ ਦਿੰਦੇ ਆ ਤਦ ਤੱਕ ਲਈ ਮੈਂ ਆਪਣੀ ਚਾਹ ਦੇਖ ਲੈਂਦੀ ਆ ਮੇਰੀ ਚਾਹ ਬਣ ਗਈ ਕਿ ਇੱਧਰ ਮੇਰੀ ਚਾਹ ਵੀ ਰਿੱਝ ਚੁੱਕੀ ਆ ਤੇ ਮੈਂ ਮੇਰੀ ਗੁੜ ਵਾਲੀ ਚਾਹ ਰੈਡੀ ਹੋ ਚੁੱਕੀ ਆ ਇਹ ਰੈਡੀ ਹੋ ਚੁੱਕੀ ਆ ਫਿਰ ਅਸੀਂ ਰੋਟੀ ਵਿੱਚ ਪਾ ਦਾਂਗੇ ਤਾਂ ਕਿ ਮਨਦੀਪ ਖੇਤ ਨੂੰ ਲੈ ਕੇ ਜਾ ਸਕਣ ਤੇ ਬਸ ਹਾਂਜੀ ਤੁਸੀਂ ਪੀਓਗੇ ਮੈਂ ਹੁਣ ਚੱਲਾ ਖੇਤ ਚਾਹ ਲੈ ਕੇ ਤੇ ਨਾਲ ਪਾਣੀ ਪੀਣ ਵਾਲਾ ਮੈਂ ਆਇਆ ਸੀ ਖੇਤ ਤੇ ਹੁਣ ਆਪਾਂ ਲੱਗੇ ਹਾਂ ਪੀਣ ਚਾਹ ਚਾਹ ਦਾ ਨਜ਼ਾਰਾ ਜਿਹੜਾ ਨਾ ਖੇਤ ਵਿੱਚ ਬਹਿ ਕੇ ਵੱਖਰਾ ਹੀ ਹੁੰਦਾ ਪੀਣ ਦਾ ਬਗਲੇ ਬੜੇ ਜਮ੍ਹਾਂ ਹੋਈ ਜਾਂਦੇ ਆ ਭਰ ਗਿਆ ਸਾਰਾ ਖੇਤ ਜਿੱਦਾਂ ਜਿੱਦਾਂ ਪਾਣੀ ਅੱਗੇ ਲੱਗੀ ਜਾਂਦਾ ਆ ਬੰਗਲੇ ਵਧੀ ਜਾਂਦੇ ਆ